रामशंकर जिब्बा जिंदाबाद, रामशंकर जिब्बा जिंदाबाद, आम आदमी पार्टी जिंदाबाद, आम आदमी पार्टी जिंदाबाद, अरविंद केजरीवाल जिंदाबाद, अरविंद केजरीवाल जी जिंदाबाद, सीएम भगवंत मान जी जिंदाबाद। को राष्ट्रीय पार्टी ऐलानी गई है, पूरे हिंदुस्तान च खुशी मनाई जा रही है। पंजाब तां सरकार है, दिल्ली च सरकार है, उस तो अलावा मध्य प्रदेश, राजस्थान, छत्तीसगढ़ सारिया स्टेटों के इस वेले बहुत खुशी की लहर है और लोग इन्हां पार्टियां तो तंग आ गए हैं। पुरानियां तो जिहड़ियां राज कर रही हैं, लोग सबस्टीट्यूट चाहते सी। पंजाब च लोगों ने सबस्टीट्यूट आम आदमी पार्टी दे भी दिता, जिहड़ा एक सक्सैसफुली जिहड़ा जिले दे विच बड़े सक्सैसफुली सरकार ने काम किया सी। हैल्थ एजुकेशन के उत्ते बहुत बड़ा काम होया सी। उत्ते पंजाब तां बच्चों की इंपलायमेंट लई और एक जिहनूं कहिंदे पहला पारदर्शिता का राज पंजाब दे विच और मानयोग सीएम भगवंत मान जी के उत्ते लोग इन्ना बिलीव करते हैं, उन्हां दी जिहड़ी रहनुमाई च सरकार चल रही है उन्हूं देख के जिहड़ी इस वेले लहर है दिल्ली तो लहर चली है, पूरे हिंदुस्तान च फैली है। राष्ट्रीय पार्टी ऐलानी भी गई है और राष्ट्रीय पार्टी 2024 दे विच बहुत बड़े पद्धर दे उत्ते पार्लियामेंट च भी और राज्यसभा च भी पहुँचती जाऊ। ਹੁਸ਼ਿਆਰਪੁਰ ਜ਼ਿਲ੍ਹੇ ਦੀ ਜਿਹੜੀ ਸਪੈਸ਼ਲ ਗਦਾਵਰੀ ਵੀ ਕਰਾਈ ਹੈ, ਗਦਾਵਰੀ ਜਿਹੜੀ ਹੈਗੀ ਹੈ ਇਹ ਮੇਰਾ ਖਿਆਲ ਆਲਮੋਸਟ ਡੀਸੀ ਕੋ ਅਸੀਂ ਇੱਦਾਂ ਕੀਤਾ ਸੀ। ਅੱਜ ਕੱਲ੍ਹ 13 ਤਰੀਕ ਨੂੰ ਅਸੀਂ 50-50 ਲੱਖ ਰੁਪਇਆ ਡਿਪਟੀ ਕਮਿਸ਼ਨਰ ਦੇ ਖਾਤੇ 'ਚ ਮਾਨਯੋਗ ਮੁੱਖ ਮੰਤਰੀ ਨੇ ਤੁਰੰਤ ਭੇਜ ਦਿੱਤਾ ਸੀ ਕਿ ਜਿਹੜੀ ਤੁਹਾਨੂੰ ਜਿੱਦਾਂ ਨਜ਼ਰ ਆਉਂਦੀ ਹੈ ਉਹਨੂੰ ਤਾਂ ਕਿ 13 ਤਰੀਕ ਨੂੰ ਇੱਕ ਸਿੰਬੋਲਿਕ ਜਿਹੜੀ ਰਾਸ਼ੀ ਜਿਹੜੀ ਆ ਜਿਹੜੇ ਖਾਤਿਆਂ ਜਿਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੇ ਖਾਤੇ 'ਚ ਚਲੇ ਜਾਵੇ। ਗਦਾਵਰੀ ਪੂਰਾ ਮਹੀਨਾ ਚੱਲਦੀ ਰਹੇਗੀ ਕਿਉਂਕਿ ਸਪੈਸ਼ਲ ਗਦਾਵਰੀ ਵੀ ਨਾਲ ਹੋਣੀ ਹੈ। ਗਦਾਵਰੀ ਨੂੰ ਕਵਰੀ ਟਾਈਮ ਵੀ ਲੱਗਦਾ ਕਿਉਂਕਿ ਰਿਪੋਰਟ ਵੀ ਸਹੀ ਹੋਣੀ ਚਾਹੀਦੀ ਆ। 26% ਤੋਂ ਉੱਤੇ ਜਿਹਦਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਉਹ ਤੋਂ ਉੱਤੇ ਉਹਨੂੰ ਜਿਹੜਾ ਹੈਗਾ ਉਹਨੂੰ ਮੁਆਵਜ਼ਾ ਜਿਹੜਾ ਉਹਦਾ ਜਾਰੀ ਹੋਏਗਾ। ਇਸ ਚੀਜ਼ ਨੂੰ ਗਦਾਵਰੀ ਨੂੰ ਵੀ ਇੱਦਾਂ ਹੁੰਦਾ, ਕਈ ਵਾਰੀ ਗਲਤ ਲੋਕ ਵੀ ਪੈਸਾ ਲੈ ਜਾਂਦੇ। ਗੋਦਾਵਰੀ ਥੋੜ੍ਹਾ ਟਾਈਮ ਜ਼ਰੂਰ ਲੱਗਦਾ ਹੁੰਦਾ ਲੇਕਿਨ ਸਭ ਨਾਲ ਇਨਸਾਫ। ਪਰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਪਿਛਲੇ ਸਾਲ ਗੋਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ, ਖਾਤਿਆਂ 'ਚ ਉਹਨਾਂ ਦਾ ਜਿਹੜਾ ਮੁਆਵਜ਼ਾ ਪੈ ਜਾਏਗਾ। ਨਹੀਂ, ਉਹਨਾਂ ਨੇ ਮੇਰੀ ਗੱਲ ਸਮਝੀ, ਬਿਲਕੁਲ ਮੁੱਖ ਮੰਤਰੀ ਨੇ ਗੱਲ ਕਹੀ ਔਰ 450 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ, 450 ਕਰੋੜ ਦੀ ਰਾਸ਼ੀ ਜਿਹੜੀ ਹੈ ਉਹਦੇ ਲਈ ਅਲੱਗ ਜਿਹੜੀ ਹੈ ਉਹ ਡਿਪਾਰਟਮੈਂਟ ਨੇ ਜਾਰੀ ਕਰ ਦਿੱਤੀ। ਇੱਕ ਨਾਲ ਲੋਕਾਂ ਵਿੱਚ ਗੱਲ ਹੋ ਰਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਬੀਜੇਪੀ ਦੀ 20 ਟੀਮ ਆ, ਕਿਹਦਾ ਦੇ ਦੇ ਤੁਸੀਂ? ਆਮ ਆਦਮੀ ਪਾਰਟੀ ਦਾ 20 ਟੀਮ ਆ ਜੀ ਬੀਜੇਪੀ ਦੀ, ਆਮ ਆਦਮੀ ਪਾਰਟੀ ਜੀ। ਅੱਜ ਅਗਰ ਬੀਜੇਪੀ ਨੂੰ ਅਗਰ ਕਿਸੇ ਚੀਜ਼ ਤੋਂ ਚੁਣੌਤੀ ਹੈ ਔਰ ਬੀਜੇਪੀ ਚੁਣੌਤੀ ਮਹਿਸੂਸ ਕਰ ਰਹੀ ਹੈ ਉਹ ਸਿਰਫ, ਔਰ ਮੋਦੀ ਸਾਹਿਬ ਅਗਰ ਚੁਣੌਤੀ ਮਹਿਸੂਸ ਕਰ ਰਹੇ ਹੈ ਉਹ ਸਿਰਫ ਅਰਵਿੰਦ ਕੇਜਰੀਵਾਲ ਜੀ ਤੋਂ ਕਰ ਰਹੇ ਇਸ ਵੇਲੇ। ਉਹਨਾਂ ਨੂੰ ਅਗਰ ਇਸ ਵੇਲੇ ਉਹ ਦੇਖ, ਗੁਜਰਾਤ 'ਚ ਕੀ ਹੋਇਆ, ਅਗਰ ਬੀਜੇਪੀ ਦੀ 20 ਟੀਮ ਹੁੰਦੀ ਮੈਨੂੰ ਇਹ ਦੱਸੋ, 35 ਸੀਟਾਂ ਉੱਥੇ ਗੁਜਰਾਤ ਦੇ ਵਿੱਚ ਅਸੀਂ 2 ਨੰਬਰ ਦੇ ਉੱਤੇ ਹਾਂ, 5 ਸੀਟਾਂ ਅਸੀਂ ਜਿੱਤੀਆਂ ਹੈ ਔਰ ਅੱਜ ਗੁਜਰਾਤ ਦੇ ਵਿੱਚ ਇੱਕ ਸਥਾਪਿਤ ਪਾਰਟੀ ਬਣ ਗਈ ਹੈ। ਸੋ ਇਹ ਗੱਲਾਂ ਜਿਹੜੀਆਂ ਅੱਜ ਕਾਂਗਰਸ ਕੋਲ ਪੱਲੇ ਕੁਛ ਨਹੀਂ, ਅਗਰ ਕਾਂਗਰਸ ਦੇ ਕੁਛ ਪੱਲੇ ਹੁੰਦਾ ਤਾਂ ਕਾਂਗਰਸ ਤਾਂ ਆਪਣੇ ਬੰਦੇ ਨਹੀਂ ਸਾਂਭ ਪਾ ਰਹੀ ਹੈ। ਸੋ ਇਹ ਗੱਲਾਂ ਜਿਹੜੀਆਂ ਇਹ ਸਿਰਫ ਵਿਰੋਧੀ ਕਰ ਰਹੇ ਆ ਔਰ ਬੀਜੇਪੀ ਇਸ ਗੱਲ ਨੂੰ ਮਹਿਸੂਸ ਕਰ ਰਹੀ ਹੈ ਵੀ ਸਾਨੂੰ, ਅਸੀਂ ਆਮ ਆਦਮੀ ਪਾਰਟੀ ਦਾ ਸਾਹਮਣਾ ਨਹੀਂ ਕਰ ਪਾਵਾਂਗੇ। ਜਿੰਪਾ ਜੀ, ਜਲੰਧਰ ਦੇ ਵਿੱਚ ਲੋਕ ਸਭਾ ਦੀ ਹੁਣ ਜ਼ਿਮਨੀ ਚੋਣ ਆ ਰਹੀ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਆ ਜੀ ਲੋਕ ਸਭਾ ਦੀ, ਕਾਂਗਰਸ ਵੱਲੋਂ ਉਮੀਦਵਾਰ ਲਿਆਂਦਾ ਗਿਆ ਸੁਨੀਲ ਕੁਮਾਰ ਰਿੰਕੂ ਨੂੰ, ਪਰ ਉੱਥੇ ਜਿਹੜੇ ਪੁਰਾਣੇ ਵਲੰਟੀਅਰ ਜਾਂ ਵਰਕਰ ਉਹਨਾਂ ਦੇ ਵਿੱਚ ਰੋਸ ਬਹੁਤ ਜ਼ਿਆਦਾ, ਮੈਨੂੰ ਲੱਗਦਾ ਹੋਰ 2-4 ਦਿਨਾਂ ਤੱਕ ਉਹਨਾਂ ਨੇ ਦਰੀਆਂ ਲੈ ਕੇ ਬਹਿ ਜਾਣਾ ਜੀ ਉੱਥੇ ਦਫ਼ਤਰ ਬਾਹਰ। ਦੇਖੋ ਗੱਲ ਪਤਾ ਕੀ ਹੁੰਦਾ, ਪਾਰਟੀ ਬੜੇ ਲੰਬੇ ਅਰਸੇ ਲਈ ਸੋਚ ਕੇ ਕੰਮ ਕਰਦਾ। ਸੁਸ਼ੀਲ ਕੁਮਾਰ ਰਿੰਕੂ ਜੀ ਕਿਉਂਕਿ ਉਹਨਾਂ ਦੀ ਰਾਜਨੀਤਿਕ ਪ੍ਰਿਸ਼ਠਭੂਮੀ ਵੀ ਸੀਗੀ ਔਰ ਉਹਨਾਂ ਨੇ ਅੱਪ ਪਾ ਕੇ ਪਾਰਟੀ ਜਿਹੜੀ ਹੈ ਆਪਣੀ ਖੁਸ਼ੀ ਨਾਲ ਜੁਆਇਨ ਕੀਤੀ ਹੈ। ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਨੂੰ ਜਿਹੜਾ ਕਾਂਗਰਸ ਨੇ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ, ਅਸੀਂ MC ਦਾ ਬਣ ਗਏ, ਮੇਰਾ ਪਰਿਵਾਰ MC ਬਣਿਆ, ਮੈਂ MC ਬਣਿਆ, ਮੈਂ MLA ਬਣਿਆ, ਮੈਂ MC ਬਣਿਆ, ਮੈਂ MLA ਬਣਿਆ, ਪਰ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਅਗਰ ਮੈਂ ਇਸ ਪਾਰਟੀ 'ਚ ਜਾਵਾਂਗਾ ਔਰ MP ਉਹਨਾਂ ਨੇ ਬਣਨਾ, ਇਹ ਤਾਂ ਦੇਖਿਓ ਪਾਰਲੀਮੈਂਟ ਜਾਣਾ, ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਪਾਰਟੀ ਦੀਆਂ ਪੋਲਿਸੀਆਂ ਪਸੰਦ ਆਈਆਂ, ਪਾਰਟੀ ਦਾ ਜਿਹੜਾ 1 ਸਾਲ ਦਾ ਇੰਪ੍ਰੈਸਿਵ ਕੰਮ ਹੈ ਪੰਜਾਬ ਦੇ ਵਿੱਚ, ਉਹਦੇ ਕਰਕੇ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਜੁਆਇਨ ਕੀਤੀ ਸੀ ਔਰ ਪਾਰਟੀ ਨੇ ਠੀਕ ਸਮਝਿਆ, ਕੈਂਡੀਡੇਟ ਦੇਣਾ ਪੈਂਦਾ ਉਹ ਕੈਂਡੀਡੇਟ ਦਿੱਤਾ ਪਾਰਟੀ। ਹੁਸ਼ਿਆਰਪੁਰ ਦੇ ਵਿੱਚ ਆਪਾਂ ਭਾਜਪਾ ਦੀ ਕਾਂਗਰਸ ਦੀ ਗੱਲ ਕਰੀਏ ਤਾਂ ਗੁੱਟਬੰਦੀ ਨੂੰ ਲੈ ਕੇ ਦੋਹਾਂ ਪਾਰਟੀਆਂ ਜਿਹੜੀਆਂ ਬੇਹੱਦ ਉਹ ਫੇਮਸ ਨੇ, ਤੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਵੀ ਲਗਾਤਾਰ ਚਰਚਾ ਕਿ ਗੁੱਟਬੰਦੀ ਵੱਧਦੀ ਜਾ ਰਹੀ ਹੈ ਕਿ ਅੱਜ ਜ਼ਿਲ੍ਹਾ ਪ੍ਰਧਾਨ ਦੀ ਗੈਰ ਹਾਜ਼ਰੀ ਵੀ ਇੱਥੇ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਪਾਈ ਜਾ ਰਹੀ ਹੈ। ਦੇਖੋ ਅਸੀਂ ਮੈਸੇਜ ਪਾਤਾ, ਹੋ ਸਕਦਾ ਕਿਤੇ ਬਿਜ਼ੀ ਹੁਣ ਜਲੰਧਰ ਇਲੈਕਸ਼ਨ ਚੱਲਦੇ ਪਏ ਆ,
जलंधर इलैक्शन का उन्होंने को देखो जलंधर इलैक्शन का भी बड़ा इंपोर्टेंट है साढ़े और मैं भी पहुंचना सगा मैं इस करके भी मैं इस लैवल कोई कितने कोई गुटबाजी नहीं हैगी है ना साड़ी गुटबाजी रहनी है कुछ आपस के छोटी छोटी गलों के किसी वलंटियर की या किसी होर गल कोई गुटबाजी नहीं होंगी कभी भी ना ही गुटबाजी का कोई कभी फायदा लाभ होया किसी ना पार्टी को लाभ होंगे इस चीज़ का कोई इदा की गल नहीं है और वो अपने किसी बिजी हो सकते हैं जरूर आओगे जो टाइम आदमपुर लोगों ने कहता कि वोट आप नहीं पावे जब तक ब्रिज का काम नहीं होंगे उन्होंने कि देखो आदमपुर तुम दस्या 14 करोड़ रुपये जोड़ा सड़क लिए तैयारी कराता से ब्रिज का भी मैं डिविजनल कमिश्नर जलंधर यह क्या पूरी रिपोर्ट जी है इस ब्रिज की और ब्रिज का तुम गल सुन लो वो जोड़ा ठेकेदार है वो उतो चला गया सरकार वालों कोई परेशानी पंजाब सरकार ने नैशनल हाईवे के नाल हमेशा किया जिथे साड़ी जरूरत है सानू दसो पंजाब सरकार उन्होंने ठीक है। Come on! Come on.